ਸਤਿ ਸ਼੍ਰੀ ਅਕਾਲ ਜੀ ਜਿਹੜੀ ਗਤੀਵਿਧੀ ਅੱਜ ਆਪਾਂ ਬੱਚਿਆਂ ਦੇ ਨਾਲ ਘਰ ਦੇ ਵਿੱਚ ਕਰਨ ਜਾ ਰਹੇ ਹਾਂ ਉਸ ਗਤੀਵਿਧੀ ਦਾ ਨਾਮ ਹੈ ਕਾਗਜ਼ ਮੋੜੋ ਅਤੇ ਰਮਾਲ ਬਣਾਓ ਇਸ ਗਤੀਵਿਧੀ ਦਾ ਮੁੱਖ ਉਦੇਸ਼ ਬੱਚਿਆਂ ਦੀਆਂ ਉਂਗਲਾਂ ਦੇ ਪੋਟੇ ਜਿਹੜੇ ਮਜ਼ਬੂਤ ਹੋ ਜਾਂਦੇ ਆ ਜੇਕਰ ਬੱਚਿਆਂ ਦੇ ਇਹ ਉਂਗਲਾਂ ਦੇ ਪੋਟੇ ਮਜ਼ਬੂਤ ਹੋਣਗੇ ਤਾਂ ਉਹਨਾਂ ਦੀ ਪਕੜ ਓਨੀ ਹੀ ਬਣੇਗੀ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਬੱਚਿਆਂ ਨੇ ਅੱਗੇ ਚੱਲ ਕੇ ਪੈਨ ਜਾਂ ਪੈਨਸਲ ਪਕੜਨਾ ਹੈ ਜੇਕਰ ਬੱਚਿਆਂ ਦੀ ਪਕੜ ਮਜ਼ਬੂਤ ਹੋਵੇਗੀ ਤਾਂ ਬੱਚੇ ਉਹਨਾਂ ਹੀ ਸਾਫ਼ ਅਤੇ ਸੁੰਦਰ ਲਿਖ ਸਕਦੇ ਆ ਆਓ ਆਪਾਂ ਦੇਖਦੇ ਆਂ ਇਸ ਗਤੀਵਿਧੀ ਨੂੰ ਆਪਾਂ ਘਰ ਦੇ ਵਿੱਚ ਕਿਵੇਂ ਕਰ ਸਕਦੇ ਆ ਇਸ ਦੇ ਲਈ ਤੁਸੀਂ ਕੋਈ ਵਾਈਟ ਪੇਜ ਲੈ ਸਕਦੇ ਹੋ ਜਾਂ ਕੋਈ ਵੀ ਪੇਜ ਲੈ ਕੇ ਇਸ ਦੇ ਇਸ ਕਿਨਾਰੇ ਨੂੰ ਇਸ ਕਿਨਾਰੇ ਨਾਲ ਮੋੜਨਾ ਹੈ ਅਤੇ ਉਸ ਤੋਂ ਬਾਅਦ ਗੁੱਠੇ ਅਤੇ ਉਂਗਲਾਂ ਦੀ ਮਦਦ ਦੇ ਨਾਲ ਇਸ ਨੂੰ ਇਸ ਤਰ੍ਹਾਂ ਪ੍ਰੈਸ ਕਰਨਾ ਹੈ ਜਿਵੇਂ ਕਿ ਤੁਸੀਂ ਵੇਖ ਰਹੇ ਹੋਵੋਗੇ ਇਹ ਪ੍ਰੋਸੈਸ ਇਸ ਤਰ੍ਹਾਂ ਤੁਸੀਂ 10 ਤੋਂ 15 ਸਕਿੰਟ ਬੱਚਿਆਂ ਨੂੰ ਕਰਨ ਲਈ ਬੋਲਣਾ ਹੈ ਇਸ ਦੇ ਨਾਲ ਬੱਚਿਆਂ ਦੀ ਉਂਗਲਾਂ ਦੇ ਪੋਟਿਆਂ ਦੀ ਕਸਰਤ ਹੋਵੇਗੀ ਉਸ ਤੋਂ ਬਾਅਦ ਇਸ ਕਿਨਾਰੇ ਨੂੰ ਇਸ ਕਿਨਾਰੇ ਨਾਲ ਜੋੜਨਾ ਹੈ ਉਸ ਤੋਂ ਬਾਅਦ ਇਸ ਤਰ੍ਹਾਂ ਫਿਰ ਉਂਗਲਾਂ ਅਤੇ ਗੂਠੇ ਦੀ ਮਦਦ ਦੇ ਨਾਲ ਆਪਾਂ ਇਹ ਪ੍ਰੋਸੈਸ ਕਰਨਾ ਹੈ ਇਹ ਵੀ ਪ੍ਰੋਸੈਸ 10 ਤੋਂ 15 ਸੈਕਿੰਡ ਚੱਲੇਗਾ ਇਹ ਬੱਚਿਆਂ ਦੇ ਲਈ ਇੱਕ ਰਮਾਲ ਬਣ ਗਿਆ ਹੈ ਜੇਕਰ ਤੁਹਾਨੂੰ ਘਰ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵਾਈਟ ਪੇਜ ਨਹੀਂ ਮਿਲਦਾ ਤਾਂ ਤੁਸੀਂ ਖੋ ਬਾਹਰ ਲੈ ਕੇ ਇਹ ਗਤੀਵਿਧੀ ਬੱਚਿਆਂ ਦੇ ਨਾਲ ਕਰ ਸਕਦੇ ਹੋ ਥੈਂਕ ਯੂ